एक स्टाल ऐसा तुम रूबरू करवा जा रहे हैं जिते 35 तरह मिठाइयां तैयार की गई ने संगतों के वरतों 35 तरह मिठाइयां अलग अलग तैयार की गई ने। तो वही गल कि 10 दिन तैयार होने लगते हैं पर एक दिन के सारिया मिठाइया समाप्त हो जाए फतेह हो जाती है। तो बड़ा ही प्यार देखने को मिलता संगतों का। तो जिहड़ियां संगतां साडे नाल मौजूद है गलबात कर लैंदे आ। वाहिगुरु जी का खालसा वाहिगुरु जी का खालसा वाहिगुरु जी की फतेह। की नाम है जी तुहाडा? मेरा नाम कमल सिंह जी। ਇਹ ਇੰਨਾ ਪਿਆਰ ਸੰਗਤਾਂ ਦੇ ਲਈ ਕਿਦਾਂ? ਇਹ ਸਾਨੂੰ ਤਕਰੀਬਨ 40 ਸਾਲ ਤੋਂ ਧੰਨ ਧੰਨ ਨਾਮ ਲਈ ਜਿਹੜੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਉਤਸ਼ਾਹ ਪੈਦਾ ਹੋਇਆ ਉਸ ਉਤਸ਼ਾਹ ਦੇ ਨਾਲ ਅਸੀਂ 40 ਸਾਲ ਤੋਂ 45 ਸਾਲ ਤੋਂ ਲਗਾਤਾਰ ਲੰਗਰ ਦੀ ਸੇਵਾ ਕਰਦੇ ਆ ਰਹੇ ਹਾਂ। ਅਸੀਂ ਅੱਜ ਤੱਕ ਵੀ ਕਿਸੇ ਵੀ ਪ੍ਰੇਮੀ ਜਨ ਦੇ ਕੋਲੋਂ ਕੋਈ ਪੈਸਾ ਨਹੀਂ ਮੰਗਦੇ। ਦਾਸ ਔਰ ਛੋਟਾ ਭਾਈ ਵੀ ਲਗਾਤਾਰ ਅਸੀਂ ਬੈਂਕ ਤੋਂ ਰਿਟਾਇਰ ਹੋਏ 40 ਸਾਲ ਲਗਾਤਾਰ ਬੈਂਕ ਦੀ ਸੇਵਾਵਾਂ ਨੂੰ ਮੁਕਤ ਕਰਦਿਆਂ ਹੋਇਆ ਲਗਾਤਾਰ ਨਾਲ ਇਹ ਵੀ ਸੇਵਾ ਕਰਦਿਆਂ ਕਰਦਿਆਂ ਅੱਜ ਅਸੀਂ ਇੱਥੇ ਮੁਕਾਮ ਤੇ ਪਹੁੰਚੇ ਹਾਂ। ਸਾਨੂੰ ਉਸ ਮਾਲਕ ਨੇ ਇੰਨੀ ਦੂਰ ਤੱਕ ਪਹੁੰਚਾ ਦਿੱਤਾ ਜਿਹਦੀ ਕੋਈ ਉਮੀਦ ਹੀ ਨਹੀਂ ਸੀ। ਇਸ ਕਰਕੇ ਲਗਾਤਾਰ 40-45 ਸਾਲ ਤੋਂ ਇਸੇ ਤਰ੍ਹਾਂ ਮਠਿਆਈਆਂ ਲੰਗਰ ਵਗੈਰਾ ਪਕਵਾਨ ਕਰਦੇ ਆ ਰਹੇ ਹਾਂ। ਅਸੀਂ ਧੰਨ ਧੰਨ ਮਹਾਂਮਲੀ ਜਿਹੜੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ 341ਵਾਂ ਜਨਮ ਦਿਹਾੜਾ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਬੜੀ ਬੜੀ ਦੂਰ ਦੁਰਾਡੇ ਤੋਂ ਸੰਗਤਾਂ ਆ ਕੇ ਇਸ ਮਹਾਂਮਲੀ ਜਿਹੜੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਂਦੀਆਂ ਹਨ। ਗੱਲ ਕੀਤੀ ਜਾਵੇ ਯੂਕੇ ਲਿਖਿਆ ਤੁਸੀਂ ਯੂਕੇ ਦੀ ਸੇਵਾਵਾਂ ਕਰਾਈਆਂ ਗਈਆਂ ਯੂਕੇ ਚ ਕੌਣ ਹੈ? ਯੂਕੇ ਦੇ ਮੇਰੇ ਭਤੀਜੇ ਨੇ ਇਮਰਾਨ ਜੀ ਮੇਰਾ ਭਤੀਜਾ ਯੂਐਸਏ ਦੇ ਵਿੱਚ ਮੇਰਾ ਭਤੀਜਾ ਉਹ ਸਾਨੂੰ ਖੁੱਲੀ ਮਾਇਆ ਭੇਜਦੇ ਨੇ ਅਤੇ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ। ਔਰ ਕੈਨੇਡਾ ਦੀ ਸੰਗਤ ਵੀ ਸਾਨੂੰ ਮਾਇਆ ਭੇਜਦੀ ਹੈ ਮੇਰੀਆਂ ਭਤੀਜੀਆਂ ਨੇ ਉੱਥੇ ਉਸ ਕੈਨੇਡਾ ਦੇ ਵਿੱਚ। ਅਸੀਂ ਅੱਜ ਤੱਕ ਵੀ ਕਦੀ ਕਿਸੇ ਬਾਹਰ ਉਹਦਾ ਫੜਾ ਅੰਮ੍ਰਿਤਸਰ ਸ਼ਹਿਰ ਤੋਂ ਗ੍ਰਾਈ ਨਹੀਂ ਕਰਨ ਦੀ ਕੋਸ਼ਿਸ਼ ਕਰੀ। ਕੋਸ਼ਿਸ਼ ਸਾਡੀ ਇਹੀ ਹੈ ਕਿ ਅਸੀਂ ਬਾਹਰ ਆਪਣੇ ਭਤੀਜਿਆਂ ਨੂੰ ਆਖਿਆ ਕਿ ਬਾਬਾ ਦੀਪ ਸਿੰਘ ਨਾਂ ਹੈ ਜਿਹਨਾਂ ਨੇ ਤੁਹਾਨੂੰ ਐਡੀ ਦੂਰ ਭੇਜਿਆ ਮਾਇਆ ਭੇਜੀ ਮਾਲਵੇ ਸਿਰ ਤੇ ਹੱਥ ਰੱਖ ਕੇ ਤੁਹਾਨੂੰ ਭੇਜਿਆ ਔਰ ਤੁਸੀਂ ਕੋਸ਼ਿਸ਼ ਇਹ ਕਰਨੀ ਹੈ ਮੈਂ ਤੁਹਾਡ ਮਾਇਆ ਆਪਣਾ ਦਸਵੰਧ ਕੱਢ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਤਾਂ ਬਿਲਕੁਲ ਜਿਵੇਂ ਗੁਰੂ ਸਾਹਿਬਾਨਾਂ ਦੇ ਚਲਾਏ ਹੋਏ ਕਦਮਾਂ ਤੇ ਵੀਰ ਮੇਰਾ ਸੱਚਾ ਸੌਦਾ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ ਤਾਂ ਬੜੀ ਵੱਡੀ ਅੱਜ ਕਿਰਤ ਕਮਾਈਆਂ ਜਿਹੜੀਆਂ ਵੇਖਣ ਨੂੰ ਮਿਲ ਰਹੀਆਂ ਦਸਵੰਧ ਕੱਢ ਰਹੇ ਹਾਂ ਆਪਾਂ ਸੰਗਤਾਂ ਲਈ ਖੁਸ਼ੀਆਂ ਦਾ ਦਿਨ ਆ ਜਿਹੜਾ ਅੱਜ ਬੜਾ ਵੱਡਾ ਵੇਖਣ ਨੂੰ ਮਿਲ ਰਿਹਾ। ਤਾਂ ਕੀ ਕਹਾਂਗੇ ਕਿ ਅੱਜ ਜਿਹੜੀਆਂ ਸੰਗਤਾਂ ਆ ਕਿੰਨਾ ਕੁ ਖੁਸ਼ਹਾਲ ਇੱਥੇ ਹੋਣ ਆਈਆਂ ਹੋਈਆਂ ਨੇ? ਇੱਥੇ ਖੁਸ਼ਹਾਲ ਦੇ ਤੇ ਖੇੜੇ ਇੰਨੇ ਭਰਦੇ ਨੇ ਕਿ ਮੈਂ ਬਿਆਨ ਨਹੀਂ ਕਰ ਸਕਦਾ ਕਿ ਇੰਨੀ ਕੁ ਦੂਰ ਤੁਹਾਡੇ ਤੋਂ ਬਾਬਾ ਜੀ ਦਾ ਜਨਮ ਆੜਾ ਬਾਬਾ ਜੀ ਨਾਲ ਸੰਗਤਾਂ ਇੰਨਾ ਪਿਆਰ ਕਰਦੀਆਂ ਨੇ ਕਿ ਅਸੀਂ ਇਹਨਾਂ ਬਾਰੇ ਕੋਈ ਬਿਆਨ ਨਹੀਂ ਕਰ ਸਕਦੇ ਕਿ ਦੋ ਆਪਣੇ ਬਾਬਾ ਜੀ ਦਾ ਜਨਮ ਵਾਸਤੇ ਲੋਕੀ ਆਪਣੇ ਟਿੱਡੋ ਵੀ ਕਹਿੰਦੇ ਮੇਰੇ ਘਰ 'ਚ ਪਕਵਾਨ ਘੱਟ ਪੱਕਦੇ ਮੈਂ ਆਪਣੇ ਗੁਰੂ ਘਰ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੋਨੋਂ ਜੀ ਦਾ ਜਨਮ ਦਿਹਾੜਾ ਉੱਚ ਪਦਵੀ ਦੇ ਨਾਲ ਮਨਾਵਾਂ। ਆਪਣੇ ਸਿੱਖ ਕੌਮ ਦੀ ਜੇ ਗੱਲ ਕਰੀਏ ਆਪਾਂ ਇਤਿਹਾਸ ਨੂੰ ਲੈ ਕੇ ਗੱਲ ਕਰੀਏ ਕਈ ਵਾਰੀ ਮਨ ਭਰ ਜਾਂਦਾ ਆਪਾਂ ਇਤਿਹਾਸ ਨੂੰ ਦੇਖਦੇ ਹਾਂ ਛੋਟੇ ਛੋਟੇ ਸਾਹਿਬਜ਼ਾਦੇ ਜੇ ਆਪਣੇ ਚਾਰ ਪੁੱਤਰ ਵਾਰ ਛੱਡੇ ਤਾਂ ਆਪਾਂ ਕਈ ਵਾਰ ਸਿੱਖ ਧਰਮ ਤੋਂ ਅਲੱਗ ਹੋ ਜਾਂਦੇ ਹਾਂ। ਇਹ ਤੇ ਬਹੁਤ ਵੱਡੀ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਦੇਣ ਕਿ ਜੋ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣਾ ਜਨਮ ਤੋਂ ਬਾਅਦ ਆਪਣੇ ਚਾਰ ਸਾਹਿਬਜ਼ਾਦੇ ਸੰਗਤਾਂ ਦੇ ਉੱਤੇ ਵਾਰ ਦਿੱਤੇ। ਬਿਲਕੁਲ ਚਾਰ ਮੂਹ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ। ਇਸੇ ਤਰ੍ਹਾਂ ਸਾਨੂੰ ਇਹਨਾਂ ਤੇ ਸਿੱਖਿਆ ਲੈਣੀ ਚਾਹੀਦੀ ਹੈ ਕਿ ਚਾਰ ਸਾਹਿਬਜ਼ਾਦੇ ਨੇ ਜੋ ਕਿ ਆਪਣਾ ਉਹਨਾਂ ਨੇ ਸਾਰਾ ਸਰਬੰਸ ਵਾਰ ਦਿੱਤਾ ਅੱਜ ਅਸੀਂ ਉਹਨਾਂ ਨੂੰ ਉਹਨਾਂ ਤੋਂ ਸਬਕ ਸਿੱਖਦੇ ਸਿੱਖਣਾ ਚਾਹੁੰਦੇ ਹਾਂ। ਸਾਰੀ ਸੰਗਤਾਂ ਨੂੰ ਨਾਨਕ ਨਾਮ ਲੈਵਾ ਸੰਗਤਾਂ ਨੂੰ ਇਹੀ ਅਸੀਂ ਬੇਨਤੀ ਕਰਦੇ ਹਾਂ ਕਿ ਉਹਨਾਂ ਨੇ ਚਲਾਏ ਪੂਰੇ ਅਨੁਸਾਰ ਇਸੇ ਤਰ੍ਹਾਂ ਸਾਡੇ ਗੁਰੂ ਨਾਨਕ ਸਾਹਿਬ ਨੇ 13-13 ਦਾ ਲੰਗਰ ਲਾ ਕੇ ਅੱਜ ਉਹ ਅਸੀਂ ਲਗਾਤਾਰ ਲੰਗਰ ਚਲਾ ਰਹੇ ਹਾਂ। ਤੋ ਧੰਨ ਧੰਨ ਮਹਾਂਮਲੀ ਜਿਹੜੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ 341ਵਾਂ ਜਨਮ ਦਿਹਾੜਾ ਬੜੀ ਧੂਮਧਾਮ ਦੇ ਨਾਲ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ। ਅੰਮ੍ਰਿਤਸਰ ਤੋਂ ਇੱਕ ਬਹੁਤ ਅਲੌਕਿਕ ਨਗਰ ਕੀਰਤਨ ਜੋ ਕਿ ਅੰਮ੍ਰਿਤਸਰ ਤੋਂ ਇਕੱਤਰ ਹੋ ਕੇ ਸੰਗਤਾਂ ਗੁਰਦੁਆਰਾ ਸ੍ਰੀ ਪਵਨ ਸਾਹਿਬ ਕੇ ਦਰਸ਼ਨ ਦੀਦਾਰੇ ਕਰਨ ਵਾਸਤੇ 5 ਤਰੀਕ ਦਿਨ ਐਤਵਾਰ ਨੂੰ
जाएगी। मैं आप संगतान पुरजोर अपील करना है कि जिते जिते मेरी आवाज मन बनाम लेवा आवाज सुनते हैं संगत सुनिया ने आप अपनी गड्डिया लैके इस नगर कीर्तन पहुंचो तो गुरु घर दिन खुशियां प्राप्त करो बाबा जी दिन खुशियां प्राप्त करो जी। वाहगुरु जी वाहगुरु जी का खालसा वाहगुरु जी की फतेह। बड़ी वड्डी सेवा संगतां दे लई निभाई जा रही है। जिवें गुरु साहिबानां ने कहा सीगा कि अपने किरत कमाइयां दे विचों दसवंध कढ़ना सीखना आना चाहिए कि उवें ही गुरसिखां दी जे गल करिए अपने किरत कमाइयां दे विचों दसवंध कढ़ने तां बहुत वड्डी गल है कि अज जिहड़ा बाबा दीप सिंह जी दा गुरपुरब मनाया जा रहा तां संगतां जिहड़ियां अज श्रद्धा भावनावां दे नाल नतमस्तक होण आईआं होईआं ने विदेशां दीआं संगतां नूं इस दिन दा काफी इंतजार रहिंदा है। तां जिहड़े बाबा जी गल ਕੀਤੀ ਜਾਵੇ ਜਿਹੜੀਆਂ ਵਿਦੇਸ਼ਾਂ ਦੀਆਂ ਸੰਗਤਾਂ ਨੇ ਉਹ ਅੱਜ ਦੇ ਦਿਨ ਫਿਰ ਕਿੱਦਾਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ? ਬਾਬਾ ਜੀ ਜੇ ਬੇਨਤੀ ਆ ਕਿ ਲਗਾਤਾਰ ਇਹ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਨੇ ਔਰ ਆ ਕੇ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਚਾਹੇ 10 ਦਿਨ ਉੱਥੇ ਇੱਥੇ ਰਹਿਣ ਅੰਮ੍ਰਿਤਸਰ ਦੇ ਵਿੱਚ ਚਾਹੇ 15 ਦਿਨ ਰਹਿਣ ਚਾਹੇ ਕਿ ਮਹੀਨਾ ਰਹਿਣ ਇਹ ਸੰਗਤਾਂ ਆਣ ਕੇ ਇਸ ਬਾਬਾ ਜੀ ਦੇ ਇਹਨਾਂ ਦੇ ਪਿਆਰ ਸਦਕਾ ਬਾਹਰ ਵਿਦੇਸ਼ਾਂ ਤੋਂ ਆਉਂਦੇ ਨੇ ਔਰ ਬਾਬਾ ਜੀ ਦਾ ਜਨਮ ਦਿਹਾੜਾ ਮਨਾ ਕੇ ਆਪਣੀਆਂ ਖੁਸ਼ੀਆਂ ਲੈ ਕੇ ਤੇ ਮਾਰ ਚਲੇ ਜਾਂਦੇ ਨੇ। ਤਾਂ ਬੜੇ ਕਹਿ ਸਕਦੇ ਬੜਾ ਵੱਡਾ ਦਿਨ ਹੈ ਅੱਜ ਤੇ ਵਿਦੇਸ਼ਾਂ ਦੀਆਂ ਸੰਗਤਾਂ ਨੇ ਪਹੁੰਚਦੀਆਂ ਨੇ ਤਾਂ ਜ਼ਰੂਰ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਾਂਗੇ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਅਪੀਲ ਕਰਾਂਗੇ ਇਸ ਵੱਡੇ ਦਿਨ ਦਾ ਅਲੌਕਿਕ ਨਜ਼ਾਰਾ ਲੈਣ ਤਾਂ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਪ੍ਰਾਪਤ ਕਰਨ। ਸਾਡੇ ਚੈਨਲ ਵੱਲੋਂ ਵੀ ਤੁਹਾਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਮੈਂ ਸਿਮਰਦੀਪ ਸਿੰਘ ਅੰਮ੍ਰਿਤਸਰ।